ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਜ ਮੌਸਮ ਫੇਰ ਬਹੁਤ ਗਰਮ ਅਤੇ ਇੱਥੇ ਬਹੁਤ ਹੈ ਨਿਊਯਾਰਕ ਦੇ ਵਿੱਚ, ਬਟ ਮੈਂ ਸੋਚ ਰਿਹਾ ਸੀ ਕਿਉਂਕਿ ਮੈਂ ਅੱਜ ਇੱਥੋਂ ਨਿਕਲ ਰਿਹਾ, ਬੜਾ ਮਨ ਕਰ ਰਿਹਾ ਸੀ ਵੀ ਤੁਹਾਡੇ ਨਾਲ ਗੱਲ ਕੀਤੀ ਜਾਏ। ਬਹੁਤ ਸਾਰੇ ਦੋਸਤ ਜਿਹੜੇ ਆ ਉਹ ਫੇਸਬੁੱਕ 'ਤੇ ਮੈਸੇਜ ਕਰ ਰਹੇ ਆ, ਸੋ ਅੱਜ ਜਾਣਾ ਪੈ ਰਿਹਾ, ਦਿਲ ਨਹੀਂ ਕਰ ਰਿਹਾ, ਜਾਣਾ ਤਾਂ ਪੈ ਹੀ ਰਿਹਾ, ਜਾਣਾ ਤਾਂ ਪਵੇਗਾ ਹੀ। ਸੋ ਮਨ ਸੀ ਕਿ ਤੁਹਾਡੇ ਨਾਲ ਗੱਲ ਕੀਤੀ। ਸਨਸੈੱਟ ਵੀ ਹੋ ਰਿਹਾ ਔਰ ਮਜ਼ਾ ਵੀ ਆ ਰਿਹਾ, ਦਿਲ ਵੀ ਨਹੀਂ ਕਰ ਰਿਹਾ ਜਾਣ ਨੂੰ, ਜਾਣਾ ਵੀ ਪੈਣਾ ਹੈ, ਪਰ ਅੱਜ ਕੱਲ੍ਹ ਸਾਡਾ ਪਾਇਲਟ ਪਿੰਡਰ ਮਨੀਤ ਸਿੰਘ ਲੇਟ ਨਾ ਕਰਾ ਦੀ ਭਾਓ, ਲੇਟ ਤਾਂ ਨਹੀਂ ਕਰਾਏਗਾ? ਨਹੀਂ ਨਹੀਂ ਬਿਲਕੁਲ ਨਹੀਂ, ਪੱਕਾ ਟਾਈਮ ਸਿਰ ਪਹੁੰਚ ਜਾਣਗੇ? ਹਾਂਜੀ ਪੂਰੇ। ਬਹੁਤ ਵਧੀਆ ਸਿੰਗਰ ਹੈ ਤਰਸ ਪਿੰਡਰ ਵੀ ਸਾਡਾ, ਵੈਰੀ ਗੁੱਡ ਭਾਜੀ ਨੂੰ ਸਾਰੇ ਗੌਰਵ ਜੀ ਆਫ ਲਾਇਸੈਂਸ ਔਰ ਨਿੱਜਰ ਸਾਹਿਬ ਵੀਰ ਸਿੰਘ ਜੀ ਔਰ ਰਾਜ ਸ਼ਾਹਪੁਰੀਆ ਜੀ ਬਿੰਦੀ ਸੰਧੂ ਜੀ, ਮੇਰਾ ਆਪਣੀ ਫੋਟੋ ਦਿਖਾਉਣ ਨੂੰ ਘੱਟ ਦਿਲ ਕਰ ਰਿਹਾ, ਪਰ ਮੈਨੂੰ ਲੱਗ ਰਿਹਾ ਕਿ ਬਹੁਤ ਅੱਛਾ ਲੱਗ ਰਿਹਾ। ਦੇਖੋ ਨਿਊਯਾਰਕ ਜਿਹੜਾ ਕਿੰਨਾ ਪਿਆਰਾ ਲੱਗ ਰਿਹਾ, ਨਿਊਯਾਰਕ ਸਿਟੀ ਜਿਹੜੀ ਹੈ, ਹੁਣੇ ਅਸੀਂ ਐਂਟਰ ਵੀ ਕਰਾਂਗੇ ਅਤੇ ਦੈਨ। ਸੋ ਚੰਗਾ ਰਿਹਾ ਟੂਰ, ਬੜਾ ਹੈਕਟਿਕ ਰਿਹਾ, ਬਹੁਤ ਜ਼ਿਆਦਾ ਹੈਕਟਿਕ ਰਿਹਾ, ਬਹੁਤ 2 ਦਿਨ ਦੇ ਵਿੱਚ ਤੂਫਾਨੀ ਗੇੜਾ ਸੀਗਾ, ਬਿਲਕੁਲ ਤੂਫਾਨੀ ਗੇੜਾ ਸੀ ਕਿ ਸਾਰੇ ਲੋਕਾਂ ਨੂੰ ਮਿਲੇ ਵੀ, ਸਾਰੇ ਦੋਸਤਾਂ ਦੇ ਨਾਲ ਵੀ ਮਿਲੇ। ਹੁਣ ਸਭ ਤੋਂ ਅੱਛੀ ਗੱਲ ਇਹ ਹੋਈ ਕਿ ਮੈਂ ਹੁਣੇ ਜਦੋਂ ਬਹੁਤ ਦੂਰ ਗਏ ਸੀ ਗੁਰਦਾਸ ਭਾਅ ਜੀ ਨੂੰ ਮਿਲ ਕੇ ਆਏ, ਉਹਨਾਂ ਦਾ ਕੱਲ੍ਹ ਸ਼ੋਅ ਸੀ, ਉਹ ਦੇਖ ਨਹੀਂ ਸਕੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਮਿਲੀ ਜਾ ਰਹੇ ਸੀ ਅਤੇ ਜ਼ਿਆਦਾ ਟਾਈਟ ਹੋ ਗਿਆ ਸੀ ਕੰਮ, ਪਰ ਬੜੀ ਦੁਨੀਆ ਉਹਨਾਂ ਦਾ ਸ਼ੋਅ ਦੇਖਣ ਗਈ ਕੱਲ੍ਹ, ਮੈਂ ਮਿਸ ਕਰ ਗਿਆ, ਬਟ ਹੁਣ ਮਿਲ ਕੇ ਆਏ, ਅੱਛਾ ਲੱਗਿਆ ਉਹਨਾਂ ਨੂੰ ਮਿਲ ਕੇ, ਐਨਰਜੀ ਮਿਲਦੀ ਹੈ ਔਰ ਚੰਗੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਗੁਰਦਾਸ ਭਾਅ ਜੀ ਕੋਲ, ਹਮੇਸ਼ਾ ਇੱਕ ਨਵਾਂਪਣ ਜਿਹੜਾ ਉਹ ਉਹਨਾਂ ਕੋਲ ਲੈ ਕੇ ਆਈਦਾ। ਪਰ ਮੈਂ ਹੀ ਦੱਸ ਰਿਹਾ ਸੀ ਕਿ ਕਈ ਵਾਰ ਇਮੋਸ਼ਨ ਜਿਹੜੇ ਆ ਉਹ ਤੁਹਾਡੇ 'ਤੇ ਹੈਵੀ ਹੋ ਜਾਂਦੇ, ਭਾਵੇਂ ਕਿੰਨੀ ਮਕੈਨੀਕਲ ਲਾਈਫ ਹੈਗੀ ਹੈ, ਬਟ ਇਮੋਸ਼ਨ ਕਈ ਵਾਰ, ਜਿੱਦਾਂ ਇੱਥੋਂ ਅੱਜ ਜਾਣ ਨੂੰ ਦਿਲ ਨਹੀਂ ਕਰ ਰਿਹਾ, ਕੁਝ ਬਹੁਤ ਸਾਰੇ ਲੋਕ ਰਹਿ ਵੀ ਗਏ ਜਿਨ੍ਹਾਂ ਨੂੰ ਮਿਲਣਾ ਸੀਗਾ, ਬੜੇ ਪੁਰਾਣੇ ਦੋਸਤ ਵੀ ਰਹਿ ਗਏ ਜਿਨ੍ਹਾਂ ਨੂੰ ਮਿਲਣਾ ਸੀ, ਬਟ ਜਾਣਾ ਤਾਂ ਪੈਂਦਾ ਹੀ ਹੈ ਸਾਰਿਆਂ ਨੂੰ, ਔਰ ਮੈਂ ਥੋੜ੍ਹਾ ਤੁਹਾਨੂੰ ਨਜ਼ਾਰਾ ਹੋ ਰਿਹਾ, ਉਹ ਆਈ ਥਿੰਕ ਇੰਪਾਇਰ ਸਟੇਟ ਬਿਲਡਿੰਗ ਹੈ, ਜਿਹਦੇ ਇਲਾਕਿਆਂ ਦੀ ਬਿਲਕੁਲ ਸੂਰਜ ਜਿਹੜਾ ਉਹਦੇ ਪਿੱਛੇ ਬਿਲਕੁਲ ਦਿਖ ਰਿਹਾ, ਅੱਛਾ ਲੱਗ ਰਿਹਾ। ਭਾਊ ਹੌਲੀ ਚਲਾ, ਸੜਕਾਂ ਇੱਥੇ ਵੀ ਟੁੱਟੀਆਂ ਹੋਈਆਂ ਹੈ, ਕਈ ਕਈ ਸੜਕਾਂ ਜਿਹੜੀਆਂ ਟੁੱਟੀਆਂ ਹੀ ਹੈ। ਨਿਊਯਾਰਕ ਸਿਟੀ ਬੜਾ ਸੋਹਣਾ ਲੱਗ ਰਿਹਾ ਮੈਨੂੰ ਹਮੇਸ਼ਾ, ਮੈਂ ਨਿਊਯਾਰਕ ਦਾ ਬੜਾ ਫੈਨ ਹਾਂ, ਸਭ ਤੋਂ ਜ਼ਿਆਦਾ ਅਗਰ ਮੈਨੂੰ ਕੋਈ ਪੁੱਛੇ ਤਾਂ ਮੈਂ 2 ਸਿਟੀਜ਼ ਦਾ ਫੈਨ ਹੈਗਾ, ਮਤਲਬ ਆਪਣੇ ਦੇਸ਼ ਤੋਂ ਬਾਹਰ ਦੀਆਂ ਜਿਹੜੀਆਂ ਸਿਟੀਜ਼ ਨੇ। ਅੱਛਾ ਨਜ਼ਾਰਾ ਲੱਗ ਰਿਹਾ, ਵਾਹ 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 ਵਾਹ, ਕਦੀ ਇੱਥੇ ਦੇਖ ਲਓ ਕਿ ਵਰਲਡ ਟ੍ਰੇਡ ਸੈਂਟਰ ਸੀਗਾ, ਜਿਹਨੂੰ ਦੇਖ ਕੇ ਮੈਂ ਬਹੁਤ ਦੇਖਣ ਜਾਂਦਾ ਸੀ, ਮੈਨੂੰ ਯਾਦ ਹੈ ਗਰੇਵਾਲ ਸਾਹਿਬ ਸਾਡੇ ਦੋਸਤ, ਉਹਨਾਂ ਦੇ ਨਾਲ ਮੈਂ 2 ਵਾਰੀ ਉਹਨੂੰ ਦੇਖਣ ਗਿਆ। ਨਿਊਯਾਰਕ ਸਿਟੀ ਅੱਛਾ ਲੱਗ ਰਿਹਾ, ਲਾਈਟ ਬਹੁਤ ਅੱਛੀ ਲੱਗ ਰਹੀ ਹੈ, ਇਹ ਐਮਪਾਇਰ ਸਟੇਟ ਬਿਲਡਿੰਗ ਹੈ ਨਾ ਅਗਲੀ, ਹੈ ਨਾ, ਚੰਗਾ ਲੱਗ ਰਿਹਾ।
वर्ल्ड ट्रेड वो नवी बन रही है। हाँ जी, जी लंबी वाली। हाँ जी लंबी वाली बन गई, एक तीन बिल्डिंग बनी हुई। तीन बिल्डिंग बन गई हाँ जी, ट्विन दे दांदे और थ्री वर्ल्ड ट्रेड सेंटर नाम पाते। अच्छा, वेरी गुड। ये भी अमेरिका हटता नहीं। सो बहुत धन्यवाद सारे दा, बड़ी बड़ी मेहरबानी जिहड़े लिख रहे ने सारे, उन्हां वास्ते बहुत बहुत प्यार। इंडिया विच भी सारे बंदे हैं जाग पे। सो कुछ दोस्तां दी एक फरमाइश हैगी, उहदी मैं दो लाइनां सुना दिंदा। विच परदेसा विच परदेसा यार मिले जद यार मिले संग यारा दारा रा 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 नन नन दान दारन। और मैंने सब तो ज्यादा गाना याद आता इतनी हमेशा, कच्चियां कच्चियां नींदरा सजना तेरे बिना, कच्चियां कच्चियां नींदरा सजना तेरे बिना, चैन भी बेचैन वे हाय, चैन भी बेचैन वे कहंदे मेरे नैन वे, हर पल हर छिन याद करा मैं ताना, कच्चियां कच्चियां नींदरा सजना तेरे बिना, कच्चियां कच्चियां नींदरा सजना तेरे बिना। सो अलविदा न्यूयॉर्क, न्यू जर्सी, यूएसए, सकार, नीत, सन्नी पाजी, सारे नू जल्दी मिलांगे इंशाल्लाह। थोड़े दिनों च मुलाकातां होणगियां, मीटिंग्स होणगियां, मिलांगे फिर मज़ा लवांगे। थैंक यू सो मच। सो